ਗੁਰੂ ਨਾਨਕ ਹੋਣਾ ਨਹੀਂ ਹੁੰਦਾ। ਨਾਨਕ ਹੋਣਾ, ਗੁਰੂ ਨਾਨਕ ਹੋਣਾ ਨਹੀਂ ਹੁੰਦਾ। ਨਾਨਕ ਹੋਣਾ ਤਾਂ ਹੁੰਦਾ ਹੈ, ਬਾਪੂ ਵੱਲੋਂ ਦਿੱਤੇ ਪੈਸਿਆਂ ਨੂੰ ਭੁੱਖੇ ਸਾਧੂਆਂ ਦੇ ਲੇਖੇ ਲਾਉਣਾ, ਪਾਂਧੇ ਨੂੰ ਪੜ੍ਹਾਉਣਾ ਅਤੇ ਕਿਰਤ ਦਾ ਪਾਠ ਪੜ੍ਹਾਉਣ ਖਾਤਰ ਮੱਝਾਂ ਚਰਾਉਣਾ। ਨਾਨਕ ਹੋਣਾ ਦਲੀਲ ਮੁਕਤ ਨਹੀਂ, ਦਲੀਲ ਯੁਕਤ ਹੋਣਾ ਹੁੰਦਾ ਹੈ। ਨਾਨਕ ਹੋਣਾ ਦਲੀਲ ਮੁਕਤ ਨਹੀਂ, ਦਲੀਲ ਯੁਕਤ ਹੋਣਾ ਹੁੰਦਾ ਹੈ। ਸੂਰਜ ਦੀ ਥਾਂ ਖੇਤਾਂ ਨੂੰ ਪਾਣੀ ਦੇਣਾ, ਗੱਲਾਂ ਗੱਲਾਂ ਵਿੱਚ ਮੱਕੇ ਨੂੰ ਘੁਮਾ ਦੇਣਾ ਅਤੇ ਠੱਗੀ ਦੀ ਰੋਟੀ 'ਚੋਂ ਲਹੂ ਕੱਢਣਾ, ਨਾਨਕ ਹੋਣਾ ਹੁੰਦਾ ਹੈ। ਨਾਨਕ ਹੋਣਾ ਧਰਮ ਤੋਂ ਪਰੇ ਹੋਣਾ ਹੁੰਦਾ ਹੈ। ਨਾਨਕ ਹੋਣਾ ਧਰਮ ਤੋਂ ਪਰੇ ਹੋਣਾ, ਮਰਦ ਔਰਤ ਨੂੰ ਇੱਕ ਜਾਣਨਾ ਅਤੇ ਕਾਲੇ ਗੋਰੇ ਦੇ ਰੰਗ ਦਾ ਵਿਤਕਰਾ ਨਾ ਕਰਨਾ, ਨਾਨਕ ਹੋਣਾ ਹੁੰਦਾ ਹੈ। ਨਾਨਕ ਹੋਣਾ ਬਾਬਰ ਨੂੰ ਵੰਗਾਰਨਾ ਹੁੰਦਾ ਹੈ। ਨਾਨਕ ਹੋਣਾ ਬਾਬਰ ਨੂੰ ਵੰਗਾਰਨਾ ਹੁੰਦਾ ਹੈ, ਰੱਬ ਨੂੰ ਲਲਕਾਰਨਾ ਹੁੰਦਾ ਹੈ ਅਤੇ ਸੱਜਣ ਨੂੰ ਠਾਰਨਾ ਹੁੰਦਾ ਹੈ। ਨਾਨਕ ਹੋਣਾ ਤੁਰਦੇ ਰਹਿਣਾ ਹੈ। ਨਾਨਕ ਹੋਣਾ ਤੁਰਦੇ ਰਹਿਣਾ ਹੈ, ਨਾਨਕ ਹੋਣਾ ਗਿੜਦੇ ਰਹਿਣਾ ਹੈ, ਨਾਨਕ ਹੋਣਾ ਵਸਣਾ ਨਹੀਂ ਸਗੋਂ ਉੱਜੜ ਜਾਣਾ ਹੈ। ਕਿਆ ਬਾਤ ਹੈ ਜੀ। ਨਾਨਕ ਹੋਣਾ ਤੁਰਦੇ ਰਹਿਣਾ ਹੈ, ਨਾਨਕ ਹੋਣਾ ਗਿਣਦੇ ਰਹਿਣਾ ਹੈ, ਨਾਨਕ ਹੋਣਾ ਵਸਣਾ ਨਹੀਂ ਸਗੋਂ ਉੱਜੜ ਜਾਣਾ ਹੈ, ਨਾਨਕ ਹੋਣਾ ਸ਼ਬਦ ਵੰਡਣਾ ਹੈ। ਨਾਨਕ ਹੋਣਾ ਸ਼ਬਦ ਵੰਡਣਾ ਹੈ, ਨਾਨਕ ਹੋਣਾ ਪਲ ਪਲ ਦੀ ਸਿਰਜਣਾ ਹੈ, ਅਤੇ ਸਭ ਤੋਂ ਵੱਡੀ ਗੱਲ ਨਾਨਕ ਹੋਣਾ ਮਰਦਾਨੇ ਅਤੇ ਰਬਾਬ ਦਾ ਸ਼ੁਦਾਈ ਹੋਣਾ ਹੈ। ਸੌਖਾ ਨਹੀਂ ਹੁੰਦਾ ਨਾਨਕ ਹੋਣਾ, ਸੌਖਾ ਨਹੀਂ ਹੁੰਦਾ ਨਾਨਕ ਹੋਣਾ, ਜੋ ਸ਼ੂਨੇ ਹੋ ਕੇ ਵੀ ਬ੍ਰਹਿਮੰਡ ਹੁੰਦਾ ਹੈ, ਜੋ ਪੂਰੀ ਕਾਇਨਾਤ ਦੀ ਆਰਤੀ ਕਰ ਸਕਦਾ ਹੈ, ਜੋ ਲਹਿਣ ਜੋਗਿਆਂ ਨੂੰ ਅੰਗਤ ਬਣਾ ਧਰਦਾ ਹੈ, ਸੱਚਮੁੱਚ ਸੌਖਾ ਨਹੀਂ ਹੁੰਦਾ ਨਾਨਕ ਹੋਣਾ। ਬਹੁਤ ਸੌਖਾ ਹੈ ਗੁਰੂ ਨਾਨਕ ਹੋਣਾ, ਬਹੁਤ ਸੌਖਾ ਹੈ ਗੁਰੂ ਨਾਨਕ ਹੋਣਾ, ਕਿਉਂਕਿ ਨਾਨਕ ਹੋਣਾ ਗੁਰੂ ਨਾਨਕ ਹੋਣਾ ਨਹੀਂ ਹੁੰਦਾ, ਅਤੇ ਗੁਰੂ ਨਾਨਕ ਹੋਣ ਤੋਂ ਪਹਿਲਾਂ ਨਾਨਕ ਹੋਣਾ ਪੈਂਦਾ ਹੈ। ਗੁਰੂ ਨਾਨਕ ਹੋਣ ਤੋਂ ਪਹਿਲਾਂ ਨਾਨਕ ਹੋਣਾ ਪੈਂਦਾ। ਸ਼ੁਕਰੀਆ ਜੀ, ਅਤੇ ਮੈਂ ਹੁਣ